प्रभु की दृष्टि महासुख होए हर रस पावे बिरला कोए। प्रभु की दृष्टि महासुख होए जेड़ी प्रभु की दृष्टि है, प्रभु का दृष्टिकोण जेड़ा उहदे च महासुख है। जेड़ा प्रभु का दृष्टिकोण है, जो प्रभु का तत्सार ज्ञान का दृष्टिकोण है, महासुख है। सुख सागर च लै जांदा है, ਇਹ ਭਵ ਸਾਗਰ ਨਾਲ ਜੁੜਿਆ, ਭਵ ਸਾਗਰ ਚ ਰੱਖਦਾ ਹੈ। ਪ੍ਰਭ ਕੀ ਦ੍ਰਿਸ਼ਟੀ ਮਹਾਂ ਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ, ਹਰ ਰਸ ਪਾਵੇ ਬਿਰਲਾ ਕੋਏ। ਇਸ ਕਰਕੇ ਬਿਰਲਾ ਹੀ ਹੈ ਜਿਹੜਾ ਹਰ ਰਸ ਦੀ ਪ੍ਰਾਪਤੀ ਕਰਦਾ। ਹਰ ਰਸ ਦੀ ਭੁੱਖ ਜਿਹਨੂੰ ਹੁੰਦੀ ਹੈ, ਉਹ ਬਿਰਲਾ ਹੀ ਹੈ। ਜਿਹਨੂੰ ਭੁੱਖ ਹੈ ਪਾ ਵੀ ਲੈਂਦਾ, ਜੇ ਭੁੱਖ ਹੈ ਤਾਂ ਪਾ ਲੈਂਦਾ। ਸੱਚੇ ਨਾਮ ਕੀ ਲਾਗੈ ਭੁੱਖ, ਉਹ ਤਾਂ ਭੁੱਖੇ ਖਾਏ ਚੱਲੀਏ ਦੁੱਖ, ਦੁੱਖ ਤਾਂ ਭੁੱਖ ਨਹੀਂ ਖਾ ਲਏ ਉਹਨੇ। ਅਸਲ ਦੇ ਵਿੱਚ ਇਹ ਕਦੇ ਨਹੀਂ ਹੋਇਆ ਕਿ ਭੁੱਖ ਲੱਗੀ ਹੈ ਨਾਮ ਦੀ, ਨਾਮ ਨੂੰ ਨਹੀਂ ਮਿਲਿਆ, ਕਿਉਂਕਿ ਅੰਮ੍ਰਿਤ ਸਦ ਹੀ ਵਰਸਦਾ। ਨਾ ਮਿਲਿਆ ਤਾਂ ਹੁੰਦਾ ਵੀ ਅੰਮ੍ਰਿਤ ਬਾਈ ਵਰਸਦਾ ਨਹੀਂ, ਬੰਦ ਹੋਇਆ ਹੋਇਆ। ਮਿਲ ਜਾਂਦਾ ਕਾਰਨ ਕੋਈ ਨਹੀਂ ਬਣੇ, ਸਦ ਹੀ ਵਰਸਦਾ ਬੁੱਝੇ ਬੁੱਝਣ। ਪ੍ਰਭ ਕੀ ਦ੍ਰਿਸ਼ਟੀ ਮਹਾਂਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ। ਪ੍ਰਭ ਕੀ ਦ੍ਰਿਸ਼ਟੀ ਮਹਾਂਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ। ਬਿਰਲੇ ਬਿਰਲੇ ਹਰ ਰਸ ਪਾਉਂਦੇ ਹੀ ਰਹਿੰਦੇ ਨੇ, ਹਰ ਯੁਗ ਯੁਗ ਭਗਤ ਪਾਇਆ। ਇਹ ਨਹੀਂ ਕਿ ਕਹਾਂ ਨੂੰ ਪੈਦਾ ਨਹੀਂ ਹੋਣੇ, ਬੰਦ ਹੋ ਜਾਣਗੇ। ਜਿਹੜੇ ਬੰਦ ਕਹਿੰਦੇ ਨੇ ਉਹ ਮੀੜੇ ਨੇ, ਬਸੰਦ ਨੇ। ਜਿਨ ਚਾਖਿਆ ਅਸੀਂ ਜਨ ਤ੍ਰਿਪਤਾਨ ਨੇ, ਜਿਨ੍ਹਾਂ ਨੇ ਚਾਖਿਆ ਉਹ ਜਨ ਤ੍ਰਿਪਤ ਹੋ ਜਾਂਦੇ ਨੇ, ਤ੍ਰਿਪਤਾਨੇ। ਜੇ ਤ੍ਰਿਪਤ ਹੋਇਆ ਨੀ ਕੋਈ ਤਾਂ ਕੀ ਸੁਣਿਆ ਇਹਨਾਂ ਨੇ? ਗੁਰਦਾਸ ਦੀਆਂ ਵਾਰਾਂ ਚੋਂ ਕੋਈ ਤ੍ਰਿਪਤ ਹੋ ਕੇ ਦਿਖਾਵੇ? ਗੁਰਦੁਆਰੇ ਇੰਨਾ ਚਿਰ ਦੇ ਕਰਦੇ ਨੇ, ਕੋਈ ਤ੍ਰਿਪਤ ਹੋਇਆ ਕਿਉਂ ਨੀ ਹੋਇਆ? ਉੱਥੇ ਉਹ ਚੀਜ਼ ਨਹੀਂ ਹੈ ਚਖਣ ਨੂੰ ਜਿਹੜੀ ਕਿ ਜਿਹ ਚਾਖਿਆ। ਦੇਖੋ ਸ਼ਰਤ ਹੈ ਇੱਥੇ, ਜਨ ਤ੍ਰਿਪਤਾਨੇ ਤੇ ਜਨ ਤ੍ਰਿਪਤਾਨੇ, ਜਿਹਨਾਂ ਚਾਖਿਆ ਤ੍ਰਿਪਤ ਹੋ ਗਏ। ਉਹ ਤ੍ਰਿਪਤਾਨੇ ਜਿਹਨਾਂ ਹਰ ਰਸ ਚਾਖਿਆ, ਇਹਦਾ ਮਤਲਬ ਹੈ ਲੜਕੇ ਹੀ ਨਹੀਂ ਜਾਂਦਾ। ਇਹਦਾ ਬਲੋਬਣਾ ਹੀ ਬੰਦ ਕਰਤਾ, ਹਰਕਾ ਬਲੋਬਣਾ ਹੀ ਬੰਦ ਹੋਇਆ ਹੋਇਆ। ਜੇ ਹਰਕਾ ਬਲੋਬਣਾ ਕੋਈ ਬੁਲਾਉਂਦੇ, ਜੇ ਸਹਿਜੇ ਬੁਲਾਉਂਦੇ ਤਾਂ ਤਤ ਪ੍ਰਾਪਤ ਹੋ ਜਾਂਦਾ। ਸਹਿਜੇ ਬੁਲਾਇਆ ਨੀ, ਤਤ ਕਿਸੇ ਨੂੰ ਮਿਲਿਆ ਨੀ, ਤ੍ਰਿਪਤ ਹੋਇਆ ਨੀ। ਤ੍ਰਿਪਤ ਕਾਹਦੇ ਨਾਲ ਹੋ ਜਾਂਦਾ? ਬੁਲਾਉਣ ਦਾ ਕੋਈ ਦਿੰਦਾ ਹੀ ਨਹੀਂ, ਅੱਖਰੀ ਅਰਥ ਕਰਕੇ ਪਾਸੇ ਹੁੰਦੇ ਨੇ। ਉਹ ਤਾਂ ਕਹਿੰਦੇ ਨੇ ਕਿਸੇ ਨੂੰ ਪਤਾ ਬਣਾ ਲੱਗ ਜਾਵੇ ਵੀ ਇਹਦੇ ਚ ਹੈ ਮੱਖਣ, ਕਿਤੇ ਰੌਲਾ ਨਾ ਪੈ ਜਾਏ ਵੀ ਕਾਹਦੇ ਨੀ ਬੁਲਾਉਂਦੇ ਤੁਸੀਂ, ਕਿਸੇ ਨੂੰ ਟੇਸਟ ਨਾ ਆ ਜਾਵੇ ਉਹਦਾ। ਇਹ ਤਾਂ ਆਪ ਡਰੇ ਹੋਏ ਨੇ ਵੀ ਕਿਤੇ ਬਗਾਵਤ ਨਾ ਪੈਦਾ ਹੋ ਜਾਵੇ, ਵੀ ਜਿਹੜਾ ਕੁਛ ਇਹਦੇ ਅਸਲੀ ਚੀਜ਼ ਹੈ ਉਹਦਾ ਤੁਸੀਂ ਲੁਕੋਈ ਬੈਠੇ ਹੋ। ਜਿਹੜੇ ਰੌਲਾ ਪਾਉਂਦੇ ਨੇ ਲੁਕੋਈ ਬੈਠੇ ਹੋ, ਚਾਹੁੰਦੇ ਉਹ ਵੀ ਨਹੀਂ। ਇਹ ਰੌਲਾ ਪਾਉਂਦੇ ਨੇ ਰਬਾਲਿਆਂ ਦੇ ਵਿੱਚ, ਫਲਾਨਿਆਂ ਦੇ ਵਿੱਚ ਲਪੇਟ ਕੇ ਰੱਖਦੇ ਹੋ। ਅੱਜ ਸਾਡਾ ਪੰਜ ਸਾਲ ਦਾ ਪੈਂਦਾ, ਇਹਦੇ ਵਾਸਤੇ ਸੁੱਤੇ ਪੈਂਦੇ ਹੋ, ਚਾਹੁੰਦੇ ਉਹ ਵੀ ਨਹੀਂ। ਰੌਲਾ ਹੀ ਪਾਉਂਦੇ ਨੇ ਇਹਨਾਂ ਦੇ ਖਿਲਾਫ, ਉਹ ਤਾਂ ਗੋਲ ਰੌਲਾ ਪਾ ਕੇ ਗੋਲ ਖੋਲੀ ਚਾਹੁੰਦੇ ਨੇ ਇਹਨਾਂ ਤੇ। ਬਲਕਿ ਇਹਨਾਂ ਨਾਲ ਵੀ ਭੈੜੇ ਨੇ ਰੌਲਾ ਪਾਉਣ ਵਾਲੇ, ਜਿਹੜੇ ਰੌਲਾ ਪਾਉਂਦੇ ਰੁਮਾਲਿਆਂ ਨੂੰ ਭੇਟ ਕੇ ਰੱਖਦੇ ਹੋ, ਉਹ ਇਹਨਾਂ ਨਾਲ ਵੀ ਭੈੜੇ ਨੇ। ਉਹਨਾਂ ਦੇ ਪ੍ਰਭਾਵ ਵਿੱਚ ਤਾਂ ਇਹ ਡੁੱਬੇ ਨੇ, ਇਹਨਾਂ ਨੂੰ ਡੁਬਾਉਣ ਵਾਲੇ ਉਹ ਨੇ ਜਿਹੜੇ ਰੁਮਾਲਿਆਂ ਦਾ ਰੌਲਾ ਪਾਉਂਦੇ ਨੇ, ਰੁਮਾਲੇ ਦਾ ਲਪੇਟ ਰੱਖਦੇ। ਆਪ ਉਹਨਾਂ ਦੇ ਪ੍ਰਭਾਵ ਨੇ ਤਾਂ ਇਹ ਡੁਬੋਏ ਨੇ, ਉਹਨਾਂ ਦੀ ਸੰਗਤ ਨੇ ਇਹ ਡੁਬੋਏ ਨੇ। ਮਾਇਆ ਦੀ ਝਟਕ ਉਹਨਾਂ ਨੇ ਲਾਈ ਹੈ, ਇਹਨਾਂ ਨੂੰ ਹੁਣ ਰੌਲਾ ਪਾਉਂਦੇ ਨੇ। ਹੁਣ ਚੌਧਰ ਨਹੀਂ ਰਹੀ, ਚੌਧਰ ਕਰਕੇ ਸੀ ਉਹ, ਹੁਣ ਚੌਧਰ ਉਹਨਾਂ ਦੀ ਰਹੀ। ਹਾਂਜੀ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ, ਪੂਰਨ ਪੁਰਖ ਹੋ ਗਏ, ਪੂਰਨ ਬ੍ਰਹਮ ਹੋ ਗਏ ਉਹ, ਪੂਰਨ ਪੂਰਨਤਾ ਆ ਗਈ ਉਹਨਾਂ ਨੂੰ, ਨਹੀਂ ਡੋਲਾਨੇ। ਜਦ ਪੂਰਾ ਹੋ ਜਾਂਦਾ ਫਿਰ ਭਰਿਆ ਹੋਏ ਤਾਂ ਕਬੂ ਨਾ ਡੁੱਲ, ਚਾਹੇ ਕਬੀਰ ਛੂਛਾ ਕੱਟ ਡੁੱਲ ਹੈ। ਛੂਛਾ ਜੇ ਹੈ ਨਾ, ਛੂਛਾ ਜਿਹੜੇ ਜ਼ਿਆਦਾ ਬੋਲਦੇ ਨੇ ਛੂਛੇ ਨੇ,
ਛੂਛੇ ਘੜੇ ਨੇ ਕਈ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਨਾ ਕਬੂ ਡੋਲੇ ਭਰਿਆ ਹੋਇਆ ਦੇਖੋ ਭਰਿਆ ਹੋਇਆ ਨਾ ਕਬੂ ਬੋਲੇ ਨੀ ਲਿਖਿਆ ਡੋਲੇ ਲਿਖਿਆ ਬੋਲਦਾ ਪਰ ਡੋਲਦਾ ਨੀ ਜਦ ਬੋਲਦਾ ਤਾਂ ਡੋਲਦਾ ਨੀ ਹੈ ਡੋਲਦਾ ਕਹਿੰਦਾ ਨਿਰਭੈ ਹੋ ਕੇ ਬੋਲਦਾ ਡੋਲਦਾ ਉਹ ਹੈ ਜਿਹੜਾ ਭੈ ਚ ਬੋਲਦਾ ਡਰਦਾ ਵੀ ਹੈ ਬੋਲਦਾ ਵੀ ਉਹ ਡੋਲਦਾ ਸੱਚ ਬੋਲਣ ਲੱਗਿਆ ਵੀ ਡੋਲਦਾ ਸੱਚ ਦਾ ਪਤਾ ਲੱਗ ਗਿਆ ਜਦੋਂ ਤਾਂ ਬੁੱਲਾ ਡੋਲ ਗਿਆ ਡਰ ਗਿਆ ਕਹਿੰਦਾ ਇੱਕ ਬਾਜਬ ਸ਼ਰਤ ਅਦਬ ਦੀ ਹੈ ਹਰ ਹਰ ਵਿੱਚ ਸੂਰਤ ਰੱਬ ਦੀ ਹੈ ਜੇ ਆਖਾਂ ਇਸ ਇਸਰਾਰ ਤਾਂ ਮਾਲ ਬੁੱਲੇ ਯਾਰ ਥਾਈ ਕਹਿੰਦਾ ਪੁੱਟ ਪਊਗੀ ਡੋਲ ਗਿਆ ਚੁੱਪ ਇੱਥੇ ਗੁਪਤੀ ਬਾਤ ਸੁਖੇਂਦੀ ਆ ਕਹਿੰਦਾ ਸੁਖ ਇਸ ਗੱਲ ਚ ਚੁੱਪ ਕਰ ਜੋ ਸੱਚ ਨੂੰ ਦੱਸੋ ਨਾ ਕਿਸੇ ਨੂੰ ਗੁਪਤੇ ਰੱਖੋ ਇੱਥੇ ਡੋਲ ਗਿਆ ਭਰਿਆ ਹੋਏ ਨਾ ਕਾਬੂ ਡੋਲੇ ਬੋਲੇ ਨੀ ਲਿਖਿਆ ਹੋਇਆ ਉੱਥੇ ਬੋਲੇ ਆ ਇੱਥੇ ਡੋਲੇ ਆ ਲਫ਼ਜ਼ ਭਰਿਆ ਹੋਇਆ ਬੋਲੀ ਛੂਛਾ ਡੋਲਦਾ ਜੇ ਉਹ ਡੋਲਦਾ ਹੀ ਆ ਬੋਲਦਾ ਕੀ ਆ ਉਹਦਾ ਬੋਲਣਾ ਹੀ ਡੋਲਣਾ ਉਹਦਾ ਬੋਲਣਾ ਹੀ ਡੋਲਣਾ ਜਦ ਬੋਲਦਾ ਤਾਂ ਡੋਲਦਾ ਨਾਲ ਕੀ ਡੋਲਦਾ ਮਾਇਆ ਛੱਡਣ ਤੋਂ ਡੋਲਦਾ ਮਰਨ ਤੋਂ ਡਰਦਾ ਮੌਤ ਕਬੂਲਦਾ ਨਹੀਂ ਦੇਖਦਾ ਵੀ ਆਹ ਜੇ ਮੈਂ ਗੱਲ ਕਹਿਤੀ ਫਲਾਨਾ ਆਦਮੀ ਨਾਰਾਜ਼ ਹੋ ਜਾਊਗਾ ਡਰ ਹੈ ਉਹਨੂੰ ਸੰਗਤ ਘੱਟ ਜੂਗੀ ਸੰਗਤ ਦੇ ਗੱਲ ਉਲਟਣੀ ਕਹਿਣੀ ਕਰਦੇ ਹੀ ਨਾਰਾਜ਼ ਹੋ ਜਾਣਗੇ ਉਹ ਡੋਲਦਾ ਡਰ ਹੈ ਉਹਨੂੰ ਪਾਇਆ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਸੁਪਰ ਭਰੇ ਫੁੱਲ ਭਰ ਗਏ ਸੁਪਰ ਭਰੇ ਆ ਦੇਖੋ ਨਾ ਭਰਿਆ ਹੋਏ ਸੁਭਰ ਭਰੇ ਭਰਿਆ ਹੋਏ ਕਿਹਾ ਪ੍ਰੇਮ ਰਸ ਰੰਗ ਉਹ ਭਰਿਆ ਹੀ ਹੈ ਇੱਥੇ ਸੁਪਰ ਭਰੇ ਆਨ ਫੁੱਲ ਭਰ ਗਏ ਪ੍ਰੇਮ ਰਸ ਰੰਗ ਪ੍ਰੇਮ ਦੇ ਰਸ ਦੇ ਨਾਲ ਔਰ ਪ੍ਰੇਮ ਦੇ ਰੰਗ ਨਾਲ ਫੁੱਲ ਭਰ ਗਏ ਫੁੱਲ ਕੋਈ ਇੱਕ ਮਾਸਾ ਜਿੱਦਾਂ ਰੱਤੀ ਜਿੱਦਾਂ ਵੀ ਕਵੀ ਨਹੀਂ ਹੈ ਪਰ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਉਪਜੇ ਚਾਉ ਸਾਧ ਕੇ ਸੰਗ ਸਾਧ ਕੇ ਹੋਣਾ ਸੰਗੀ ਹਾਂ ਜਦੋਂ ਮਨ ਸੱਜ ਜਾਂਦਾ ਫੇਰ ਇਹਨੂੰ ਪੀਣ ਤੇ ਹਟਦਾ ਹੀ ਨਹੀਂ ਓਨਾ ਚਿਰ ਮਨ ਨਹੀਂ ਇਹ ਸੱਚ ਨੂੰ ਸੱਚ ਦੇ ਰਸ ਨੂੰ ਅੰਦਰ ਜਾਣ ਦਿੰਦਾ ਜਿੰਨਾ ਚਿਰ ਮਨ ਸਾਧਿਆ ਨਹੀਂ ਹੋਇਆ ਜਿੰਨਾ ਚਿਰ ਮਨ ਡੋਲਦਾ ਜਿੰਨਾ ਚਿਰ ਮਨ ਡੋਲਦਾ ਜਿੰਨਾ ਚਿਰ ਮਨ ਡੋਲਦਾ ਓਨਾ ਚਿਰ ਉਹ ਆਪਣੇ ਹਿਸਾਬ ਦਾ ਹੀ ਪੀਂਦਾ ਜ਼ਿਆਦਾ ਨਹੀਂ ਪੀਂਦਾ ਜਦੋਂ ਮਨ ਸਾਧਿਆ ਜਾਂਦਾ ਜਦੋਂ ਮਨ ਸੱਜ ਜਾਂਦਾ ਫਿਰ ਇਹ ਬੇਸਬਰਿਆਂ ਵਾਂਗੂ ਪੀਂਦਾ ਫਿਰ ਰਜਦਾ ਹੀ ਨਹੀਂ ਫੇਰ ਨਹੀਂ ਇਹਨੂੰ ਸਬਰ ਪੀਣ 'ਚ ਜੇ ਸਬਰ ਆ ਗਿਆ ਫਿਰ ਸਬਰ ਖਤਮ ਹੈ ਸੱਚ ਦਾ ਸਬਰ ਨਹੀਂ ਆਉਣਾ ਚਾਹੀਦਾ ਸਬਰ ਝੂਠ ਤੋਂ ਚਾਹੀਦਾ ਸੰਤੋਖ ਜੇ ਸੱਚ ਦਾ ਜਿੱਦਣ ਆ ਗਿਆ ਨਾ ਉਹ ਤਾਂ ਲਿਮਟ ਉੱਥੇ ਹੀ ਲਿਮਟ ਆ ਗਈ ਤੇਰੀ ਸੱਚ ਵੱਲੋਂ ਸੰਤੋਖ ਨਹੀਂ ਚਾਹੀਦਾ ਸੱਚ ਵੱਲੋਂ ਨਹੀਂ ਸੰਤੋਖ ਚਾਹੀਦਾ ਮਾਇਆ ਵੱਲੋਂ ਸੰਤੋਖ ਚਾਹੀਦਾ ਜਿੱਦਣ ਸੱਚ ਦਾ ਵੀ ਸੰਤੋਖ ਆ ਗਿਆ ਉੱਦਣ ਸੱਚ ਨੂੰ ਛੱਡ ਦੂਗਾ ਉੱਦਣ ਨੀਂਦ ਆ ਜੂਗੀ ਇਹਨੂੰ ਫਿਰ ਸੁਪਨਾ ਫਿਰ ਸ਼ੁਰੂ ਹੋ ਜਾਊਗਾ ਉਦੋਂ ਤਾਂ ਹਰ ਵਿਸਰ ਜੂਗਾ ਜਾਂ ਸੰਤੋਖ ਆ ਗਿਆ ਹਰ ਵਿਸਰ ਜੂ ਹਾਂਜੀ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਕਾਸ਼ ਅੰਧ ਨੂੰ ਲਿਵ ਲਾਗ ਪਰੇ ਸਰਨ ਸ਼ਰਨ ਸ਼ਰਨ ਪੈ ਗਏ ਆਨ ਸਭ ਤਿਆਗ ਆਨ ਸਭ ਕੀ ਤਿਆਗਿਆ ਆਨ ਸਭ ਕੀ ਤਿਆਗ ਫਿਰਤ ਫਿਰਤ ਪ੍ਰਭ ਉਹ ਜਿਹਨੂੰ ਫਿਰਦਾ ਤੁਲਦਾ ਆਇਆ ਉਹ ਤਿਆਗ ਤੇ ਭੁੱਲ ਗਏ ਸਾਰੇ ਆਹੋ ਜਿੰਨੇ ਹੋਰ ਮਤਾਂ ਜੋ ਛੱਡ ਕੇ ਆਇਆ ਘਰਦੇ ਹੀ ਸੀ ਚਾਹੇ ਮਾਇਆ ਘਰਦੇ ਜੋ ਵੀ ਛੱਡ ਕੇ ਆਇਆ ਰਿਸ਼ਤੇਦਾਰ ਆ ਜੋ ਵੀ ਛੱਡ ਕੇ ਆਇਆ ਉਹ ਤਿਆਗ ਤੇ ਹੁਣ ਪਹਿਲਾਂ ਤਾਂ ਫਿਰਤ ਫਿਰਤਾ ਤਾਂ ਤਿਆਗੇ ਨੀ ਸੀ
ਪਹਿਲਾਂ ਫਿਰਤ ਫਿਰਤ ਆਇਆ ਸੀ ਤੇ ਅੱਗੇ ਨਹੀਂ ਸੀ। ਜਦ ਪ੍ਰੇਮ ਰਸ ਰੰਗ ਨਾਲ ਭਰ ਗਿਆ ਫਿਰ ਤੇ ਅੱਗੇ ਗਏ ਸੀ। ਤਿਆਗਣ ਦੀ ਅਵਸਥਾ ਦੇਖੋ ਨਾ, ਸੁਪਰ ਭਰੇ ਪ੍ਰੇਮ ਰਸ ਰੰਗ, ਉਪਜੇ ਚਾਓ ਸਾਧ ਕੇ ਸੰਗ। ਹੁਣ ਹੋਰ ਪੀਣ ਨੂੰ ਵੀ ਚਾਓ ਬਣਿਆ ਰਹਿੰਦਾ, ਹੋਰ ਬਾਣੀ ਸੁਣਨ ਨੂੰ, ਹੋਰ ਗਿਆਨ ਲੈਣ ਨੂੰ ਚਾਓ ਬਣਿਆ ਹੀ ਰਹਿੰਦਾ, ਸਬਰ ਆਉਂਦਾ ਹੀ ਨਹੀਂ। ਹਾਂ, ਪਰੇ ਸਰਨ ਆਣ ਸਭ ਤਿਆਗ। ਆ ਦੇਖ ਹੁਣ ਅੰਤਰ ਪ੍ਰਕਾਸ਼ ਇਸੇ ਸਰਨ ਪੈ ਗਏ। ਜਿਹੜੀ ਟੂਟੀ ਤੋਂ ਇਹ ਰਸ ਆਉਂਦਾ ਸੀ ਉਹ ਟੂਟੀ ਨਹੀਂ ਛੱਡ ਕੇ ਜਾਂਦੇ, ਵੀ ਜ਼ਿਆਦਾ ਹੋ ਜਾ ਸਹੀ। ਪਰੇ ਸ਼ਰਨ ਆਣ ਸਭ ਤਿਆਗ, ਅੰਤਰ ਪ੍ਰਕਾਸ਼ ਆਉਂਦੇ ਨੇ ਲਿਵਲਾਗ। ਕਹਿੰਦੇ ਨੇ ਵੀ ਅਸੀਂ ਤਾਂ ਸਭ ਕੁਛ ਤਿਆਗ ਕੇ ਸੰਸਾਰ ਦੀ ਚਿੰਤਾ ਫਿਕਰ ਸਭ ਤਿਆਗ ਕੇ, ਮੋਹ ਮਾਇਆ ਸਭ ਤਿਆਗ ਕੇ ਸ਼ਰਨ ਆ ਗਏ ਗੁਰਦੇਵ ਦੀ। ਸਭ ਤਿਆਗ ਤਾਂ ਸੰਸਾਰ ਦੀ ਚਿੰਤਾ ਫਿਕਰ, ਸ਼ਰਨ ਆ ਗਏ, ਹੁਕਮ ਦੀ ਸ਼ਰਨ ਆ ਗਏ, ਪਾਣੇ ਚ ਆ ਗਏ, ਸਭ ਕੁਛ ਤਿਆਗ ਕੇ ਪਾਣੇ ਚ ਆ ਗਏ। ਜੋ ਹੁੰਦਾ ਹੁਣ ਦੇ ਆ ਪਾਣੇ ਚ ਨੇ। ਹਾਂਜੀ, ਅੰਤਰ ਪ੍ਰਗਾਸ਼, ਅੰਦਰ ਪ੍ਰਗਾਸ਼ ਹੈ ਹੁਣ, ਅੰਤਰ ਪ੍ਰਗਾਸ਼ ਅੰਦਰ ਨਿਰਵਲਾਗ, ਅੰਦਰ ਪੂਰਾ ਚਾਨਣ, ਪ੍ਰਗਾਸ਼ ਜ਼ਿਆਦਾ ਹੈ ਜਦ ਪੂਰਾ ਚਾਨਣ ਹੋਵੇ, ਕਿਸੇ ਖੁੰਜੇ ਵੀ ਕੋਈ ਕਿਸੇ ਕਿਸਮ ਦੀ ਸ਼ੰਕਾ ਨਾ ਹੋਵੇ ਹਿਰਦੇ ਵਿੱਚ, ਉਹ ਪ੍ਰਗਾਸ਼ ਹੈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ਼ ਜੈਸੇ ਧਾਰੂ ਪਰ ਆਕਾਸ਼। ਇੱਕ ਇੱਕ ਗੱਲ ਪ੍ਰਕਾਸ਼ ਕਰਦੀ ਹੈ, ਜਿਹੜੀ ਇੱਕ ਇੱਕ ਗੱਲ ਪ੍ਰਕਾਸ਼ ਕਰਦੀ ਹੈ, ਜਾਂ ਬੱਤੀਆਂ ਸਾਰੀਆਂ ਜਗ ਪੈਣ ਇਕੱਠੀਆਂ ਤੇ ਫਿਰ ਪ੍ਰਕਾਸ਼ ਹੋ ਜਾਂਦਾ, ਸਾਰੀਆਂ ਬੱਤੀਆਂ ਇਕੱਠੀਆਂ ਜਗ ਪੈਣ ਤੇ ਇੱਕ ਇੱਕ ਬੱਤੀ ਜਗਾਉਂਦੇ ਉਹਦੇ ਨਾਲ ਪ੍ਰਕਾਸ਼ ਹੁੰਦਾ। ਜਿਹੜੇ ਖੁੰਜੇ ਜਿਹੜੀ ਬੱਤੀ ਹੈ ਉਹ ਉੱਥੇ ਹੀ ਚਰਨ ਕਰਦੀ ਹੈ, ਉਹ ਬਹੁਤ ਵੱਡੇ ਹਾਲ ਦੇ ਵਿੱਚ ਇੱਕ ਇੱਕ ਬੱਤੀ ਲੱਗੀ ਹੈ ਛੋਟੀ ਛੋਟੀ, ਜਿੱਥੇ ਕੋ ਬੱਤੀ ਆਨ ਹੋ ਜਾਂਦੀ ਹੈ ਉੱਥੇ ਚਰਨ ਹੋ ਜਾਂਦਾ। ਪ੍ਰਕਾਸ਼ ਜਦ ਹੁੰਦਾ ਜੇ ਸਾਰੀਆਂ ਬੱਤੀਆਂ ਜਗਦੀਆਂ, ਕਿਤੇ ਹਨੇਰਾ ਰਿਹਾ ਹੀ ਨਹੀਂ। ਫਿਰ ਜਲ ਹੁਣ ਇਹ ਪ੍ਰਕਾਸ਼ ਕਿਵੇਂ ਹੋਇਆ? ਆਪਾਂ ਆਪਣੀ ਮਰਜ਼ੀ ਨਾਲ ਇੱਕ ਇੱਕ ਬੱਤੀ ਉਹ ਜਗਾ ਸਕਦੇ ਹਾਂ, ਆਪਣੀ ਕੋਸ਼ਿਸ਼ ਨਾਲ ਇੱਕ ਜਗਾ ਲਈ, ਦੋ ਜਗਾ ਲਈਆਂ, ਜਿੱਥੇ ਦੇ ਹੱਥ ਜਾਂਦਾ ਉੱਥੇ ਦੀਆਂ ਜਗਾਵਾਂਗੇ। ਪਰ ਜਦ ਛਾਲਣਾ ਆਏ ਉਹਨੇ ਸਾਰੀਓ ਸੁੱਚ ਮੇਨ ਸੁੱਚ ਸਾਰੀਆਂ ਇਕੱਠੀਆਂ ਜਗਾਤੀਆਂ। ਡਾਇਰੈਕਟਰ ਜਿਹੜੀ ਡਾਇਰੈਕਟ ਸੁੱਚ ਸੀ ਨਾ ਸਾਰਿਆਂ ਦੀ, ਕੋਈ ਸਾਰੀਆਂ ਬੱਤੀਆਂ ਦੀ ਇੱਕ ਡਾਇਰੈਕਟ ਸੁੱਚ ਹੈ, ਉਹੀ ਚ ਔਨ ਕਰਤੀ। ਇਹ ਰਿਮੋਟ ਨਾਲ ਸਾਰੀਆਂ ਸੁੱਚਾਂ ਔਨ ਕਰਤੀਆਂ, ਰਿਮੋਟ ਉਹਦੇ ਕੋਲ ਸੀ, ਉਹਦੇ ਨਾਲ ਸਾਰੀਆਂ ਸੁੱਚਾਂ ਜਗ ਪੈਂਦੀਆਂ ਨੇ। ਜਦ ਸਾਰੀਆਂ ਸੁੱਚਾਂ ਇਕੱਠੀਆਂ ਹੀ ਔਨ ਕਰਤੀਆਂ ਸਾਰੇ, ਫਿਰ ਕਿੰਨਾ ਚਾਨਣ ਹੋ ਗਿਆ? ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ਼ ਜੈਸੇ ਧਾਰੂ ਪਰ ਆਕਾਸ਼, ਤਾਂ ਪ੍ਰਗਾਸ਼ ਹੋਇਆ। ਫਿਰ ਤਾਂ ਪਤਾ ਹੀ ਲੱਗ ਗਿਆ ਸਾਰਾ, ਵੀ ਹੁਕਮ ਨਾਲੇ ਸਭ ਕੁਛ ਹੋ ਰਿਹਾ, ਸਾਰਾ ਹੀ ਦਿਖ ਪਿਆ, ਤਿੰਨੇ ਲੋਕ ਦਿਖ ਪਏ। ਫਿਰ ਚਿੰਤਾ ਕਾਹਦੀ ਰਹਿਣੀ ਸੀ? ਫਿਰ ਸਭ ਕੁਛ ਤਿਆਗਤਾ ਭਜਣਾ ਨੱਠਾ ਅੰਦਰ ਫਿਰ ਲਿਵ ਲੱਗੀ। ਜੋ ਹੁੰਦਾ ਉਹਦਾ ਹੁਕਮ ਨਾਲ ਹੋ ਹੀ ਜਾਂਦਾ। ਜਿਹੜੇ ਲੋਕ ਭੱਜੇ ਨੱਠੇ ਫਿਰਦੇ ਨੇ ਐਵੇਂ ਹੀ ਫਿਰਦੇ ਨੇ, ਬੇਮਤਲਬ ਹੈ, ਕੁਛ ਨਹੀਂ ਫਰਕ ਪੈਂਦਾ। ਜਿਵੇਂ ਥੋੜਾ ਜਿਹਾ ਮੀਂਹ ਪੈਣ ਲੱਗ ਜਾਂਦਾ, ਕੀੜੀਆਂ ਭੱਜ ਲੈਂਦੀਆਂ ਸਲਾਬ ਆ ਜੇ ਆਪਣੇ ਅੰਦਰ, ਅੰਦਰ ਜਿਹੜਾ ਹੁੰਦਾ ਕੀੜੀਆਂ ਰਹਿੰਦੀਆਂ, ਉੱਥੇ ਬੜਾ ਹਫੜ ਦਫੜ ਪੈਦਾ ਹੋ ਜਾਂਦੀ ਹੈ ਉਹਨੂੰ, ਵੀ ਪਤਾ ਨਹੀਂ ਹੁਣ ਪਾਣੀ ਆਜੂ, ਕੀ ਆਜੂ, ਇਹ ਹੋਜੂ, ਉਹ ਹੋਜੂ, ਐ ਭੱਜਿਆ ਹੋਇਆ ਸੰਸਾਰ ਡਰਦਾ, ਭੱਜਦਾ ਰਹਿੰਦਾ ਵੀ ਪਤਾ ਨਹੀਂ ਕੀ ਹੋਜੂ। ਥੋੜਾ ਜਿਹਾ ਪਚਾਲ ਆਉਂਦਾ, ਹਿਲ ਚਲ ਹੋ ਜਾਂਦੀ ਹੈ ਸਾਰੇ, ਵੀ ਪਤਾ ਨਹੀਂ ਕੀ ਹੋਣ ਵਾਲਾ, ਜੋ ਹੋਣ ਵਾਲਾ ਹੋਜੂਗਾ, ਜੋ ਹੋਣ ਵਾਲਾ ਹੋਜੂਗਾ। ਉਹ ਕਹਿੰਦੇ ਨੇ ਕਿਤੇ ਪਚਾਲ ਆਇਆ, ਉਹ ਦੋ ਬੰਦੇ ਭੱਜ ਕੇ ਬੀਜ ਚਲੇ ਗਏ, ਉਹ ਚਵਾਰਾ ਡਿੱਪੇ, ਉਸ ਮਰ ਗਏ, ਘਰ ਵਾਲੇ ਬਚ ਗਏ।
ਘਰ ਵਾਲੇ ਵੱਜ ਗਏ, ਜਿਹੜੇ ਘਰੋਂ ਬਾਹਰ ਭੱਜ ਗਏ, ਮਰ ਗਏ ਥੱਲੇ ਚ, ਬਾਹਰ ਡਿੱਪਿਆ ਗੁਆਂਢੀਆਂ ਦਾ, ਆਪਣਾ ਘਰ ਲੈ ਗਿਆ ਨੀ, ਦੇਖੋ ਨਾ ਲੈ ਗਿਆ ਉੱਥੇ ਕੀ ਪਤ। ਜਦੋਂ ਇਹ ਸੋਚਦਾ ਫਿਰ ਉਹ ਕਹਿੰਦਾ ਵੀ ਜੇ ਉਹਨੇ ਬਚਾਉਣਾ ਇੱਥੇ ਬਚਾ ਦੇਣਾ, ਆਪਣੀ ਅਕਲ ਮਰਵਾ ਸਕਦੀ ਹੈ ਬਚਾ ਨਹੀਂ ਸਕਦੀ, ਪਰਮੇਸ਼ਰ ਦੀ ਅਕਲ ਬਚਾ ਸਕਦੀ ਹੈ। ਜੇ ਸ਼ਰਨ ਚਲੇ ਜਾਈਏ, ਆਨ ਸਭ ਤਿਆਗ, ਪਰੇ ਸ਼ਰਨ ਆਨ ਸਭ ਤਿਆਗ, ਆਪਣੀ ਐਫਰਟ ਤਿਆਗਤੀ, ਆਪਣੀ ਮਰਜ਼ੀ ਤਿਆਗਤੀ, ਜੇ ਉਹਨੇ ਭਾਵੇਂ ਰਾਖ ਭਾਵੇਂ ਮਾਰ ਸ਼ਰਨ ਆ ਗਏ। ਹਾਂ, ਬੜਭਾਗੀ ਜਪਿਆ ਪ੍ਰਭ ਸੋਏ, ਬੜਭਾਗੀ ਜਪਿਆ ਪ੍ਰਭ ਸੋਏ, ਹੁਣ ਚੈਨ ਬਣ ਗਈ, ਹੁਣ ਜਪ ਸ਼ੁਰੂ ਹੋਇਆ, ਬੜਭਾਗੀ ਜਪਿਆ ਪ੍ਰਭ ਸੋਏ, ਪਹਿਲਾਂ ਜਪ ਹੋਇਆ ਹੀ ਨਹੀਂ, ਮਾਲਾ ਲੈ ਲਈ, ਧਿਆਨ ਕਹਿੰਦੇ ਆ ਮਾਲਾ ਹੱਥ ਚ, ਤੇ ਜਪਿਆ ਤਾਂ ਹੈ ਨਹੀਂ, ਜਪ ਤਾਂ ਹੋਏ ਨਹੀਂ ਰਿਹਾ, ਗੁਰਬਾਣੀ ਪੜ੍ਹਦਾ ਧਿਆਨ ਕਹਿੰਦੇ ਆ ਜਪ ਤਾਂ ਹੋਏ ਨਹੀਂ ਰਿਹਾ। ਵਿਚਾਰ ਨਹੀਂ ਕਰ ਸਕਦਾ ਬਿਨਾਂ ਚਿੰਤਾ ਰਹਿਤ ਹੋਏ ਤੇ ਗੁਰਬਾਣੀ ਦੀ, ਜਿੰਨਾ ਚਿਰ ਕਿਤੇ ਹੋਰ ਸੁਰਤ ਜੁੜੀ ਹੋਈ ਹੈ ਤਾਂ ਗੁਰਬਾਣੀ ਨਹੀਂ ਵਿਚਾਰੀ ਜਾ ਸਕਦੀ। ਜਪ ਗੁਰਬਾਣੀ ਵਿਚਾਰਨਾ ਹੀ ਜਪ ਹੈ, ਗੁਰਬਾਣੀ ਨੂੰ ਸਮਝਣ ਵਾਸਤੇ ਸਾਰੇ ਪਾਸਿਆਂ ਤੇ ਸੁਰਤ ਨੂੰ ਤੋੜ ਕੇ ਉੱਥੇ ਹੀ ਰੱਖਣਾ ਪਊ ਇੱਕੋ ਪੁਆਇੰਟ ਤੇ ਗੁਰਬਾਣੀ ਕੀ ਕਹਿੰਦੀ ਹੈ। ਬੇਫਿਕਰ ਹੋ ਕੇ ਜਿੰਨਾ ਚੰਦੀ ਬਾਣੀ ਵਿਚਾਰਦੇ ਉਹਨਾਂ ਚਿਰ ਬਾਣੀ ਦਾ ਸਮਝ ਨਹੀਂ ਆ ਸਕਦੀ ਕਿਸੇ ਨੂੰ, ਆਈ ਓ ਨਹੀਂ ਇਸ ਕਰਕੇ। ਹਾਂਜੀ, ਨਾਨਕ ਨਾਮ ਰਤੇ ਸੁਖ ਹੋਏ, ਨਾਨਕ ਨਾਮ ਰਤੇ ਸੁਖ ਹੋਏ, ਕਹਿੰਦੇ ਫਿਰ ਜਦ ਜਪਿਆ ਬੜੇ ਭਾਗਾਂ ਨਾਲ ਉਦੋਂ ਨਾਮ ਦਾ ਰੰਗ ਚੜ੍ਹਨ ਲੱਗ ਗਿਆ, ਉਦੋਂ ਸੁਖ ਹੋਣ ਲੱਗ ਗਿਆ। ਜਦ ਬੇਲਣਾ ਟਾਈਟ ਕੀਤਾ ਫਿਰ ਗੰਨਾ ਦਿੱਤਾ ਫਿਰ ਰਸ ਆਉਣ ਲੱਗਿਆ, ਉਹ ਬੇਲਣਾ ਤਾਂ ਖੁੱਲ੍ਹਾ ਸੀ ਅਤੇ ਗੰਨਾ ਸਾਬਤੇ ਦਾ ਸਾਬਤਾ ਪਰਲੇ ਪਾਸੇ ਲੰਘ ਜਾਂਦਾ ਸੀ ਅਤੇ ਉਹ ਤਾਂ ਫਿਰ ਕੁਛ ਤਾਂ ਨਿਕਲਦਾ ਤਾਂ ਹੈ ਹੀ ਨਹੀਂ ਸੀ, ਜੈ ਜਾਇਦਰ ਦੀ ਪਾਏ ਉਹ ਜਿਹਾ ਪਰਲੇ ਪਾਸੇ ਨਿਕਲ ਗਿਆ, ਥੱਲੇ ਜੋ ਰੱਖਿਆ ਭਾਂਡਾ ਉਹ ਖਾਲੀ, ਉੱਥੇ ਰਸ ਆਉਂਦਾ ਹੀ ਨਹੀਂ। ਇਹ ਜਿਹਾ ਕੁਛ ਕਰ ਰਹੇ ਨੇ ਜਿਹੜੇ ਗੁਰਬਾਣੀ ਪੜ੍ਹਦੇ ਨੇ, ਉਹਨਾਂ ਦਾ ਇਹੋ ਜਿਹਾ ਕੁਛ ਚੱਲਦਾ। ਤਾਂ ਉੱਥੇ ਮਿਲਣਾ ਕੀ ਸੀ, ਬੜਭਾਗੀ ਜਪਿਆ ਪ੍ਰਭ ਸੋਏ, ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ, ਫਿਰ ਨਾਮ ਮਿਲਿਆ, ਜਦ ਉਹ ਚੋਂ ਨਿਕਲਿਆ ਫਿਰ ਸੁੱਖ ਹੋਇਆ।